ਲੈ ਕੇ ਅਟੈਕ ਹੋਇਆ ਸੀਗਾ? ਦਰਅਸਲ ਇਹਨਾਂ ਨੇ ਸੰਤ ਫੈਰ ਜੀ ਨੇ ਬੁਲਾਇਆ ਸੀਗਾ ਸੇਵਾ ਵਾਸਤੇ, ਕੋਈ ਨਵੀਂ ਜਗ੍ਹਾ ਲਈ ਸੀ। ਸੰਤ ਫੈਰ ਜੀ ਨੇ ਬੁਲਾਇਆ ਸੀ ਕਿ ਤੁਸੀਂ ਸੇਵਾ ਲਈ ਕੋਈ ਬੰਦੇ ਭੇਜੋ, ਅਤੇ ਉੱਥੇ ਸਾਡੇ ਦੋ ਪਾਸਟਰ ਸੀ ਜੋ ਸੰਤਾਂ ਕੋਲ ਆਉਂਦੇ ਸੀਗੇ। ਉਹਨਾਂ ਨੇ ਦੂਜਾ ਉਹਨਾਂ ਸੁਖਦੇਵ ਸਿੰਘ ਆ, ਉਹਨਾਂ ਨੇ ਨਾਂਹ ਕਰਤੀ ਸੀ ਅਤੇ ਇਹ ਚੱਲੇ ਆਏ ਸੀ। ਇਹਨਾਂ ਨੇ ਆਪਦੇ ਨਾਲ ਦੋ ਪਾਸਟਰਾਂ ਨੂੰ ਕਹਿਣਾ ਕਿਹਾ ਸੀ, ਇੱਕ ਡੱਬ ਵਾਲੀ ਵਾਲੇ ਨੇ ਵੀ ਨਾਂਹ ਕਰਤੀ ਸੀ ਅਤੇ ਉਹ ਕਹਿੰਦੇ ਮੈਂ ਨਹੀਂ ਜਾਂਦਾ। ਇਹਨਾਂ ਨੇ ਉਸ ਦਿਨ ਇਕੱਲੇ ਚਲੇ ਗਏ, ਇਹਨਾਂ ਨੇ ਦੋ ਬਜ਼ੁਰਗ ਲੈ ਕੇ ਗਏ ਸੀ ਆਪਦੇ ਨਾਲ, ਇੱਕ ਪਿੰਡ ਚੰਨੂ ਤੋਂ ਸੀ, ਇੱਕ ਪਿੰਡ ਕੱਖਾਂ ਵਾਲੀ ਤੋਂ। ਅਤੇ ਜਦੋਂ ਇਹ ਗਏ, ਸ਼ਾਮ ਉਹ ਪੈ ਗਈ ਸੀ, ਜਦੋਂ ਸ਼ਾਮ ਪੈ ਗਈ ਇਸ ਤਰ੍ਹਾਂ ਛੋਟੀਆਂ ਕੰਧਾਂ ਨੇ, ਛੋਟੀਆਂ ਕੋਈ ਕੰਧਾਂ ਨਵੀਂ ਜਗ੍ਹਾ ਲਈ ਤਾਂ ਹਜੇ ਕੰਧ ਖੜ੍ਹੀ ਹੋਈ ਹੈ, ਅਤੇ ਉਹ ਜਗ੍ਹਾ 'ਤੇ ਉਹ ਆ ਕੇ, ਠੰਡ ਦਾ ਮੌਸਮ ਸੀਗਾ, ਪਿਛਲੇ ਇੱਕ ਮਹੀਨੇ ਪਿੱਛੇ ਦੀ ਗੱਲ ਹੈ ਜੀ, ਅਤੇ ਉਹ ਆ ਕੇ ਅੱਗ ਸੇਕਣ ਲੱਗ ਗਏ ਸੀ। ਪਿੱਛੋਂ ਦੀ ਆ ਕੇ ਬੰਦਿਆਂ ਨੇ, ਕੋਈ 35 ਬੰਦੇ ਆ, 40 ਜਣੇ, ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ। ਅਦਰਵਾਈਜ਼ 35 ਪਾਸਟਰ ਅੰਦਰ ਵੀ ਸੀ, ਇਕੱਲੇ ਸਾਡੇ ਪਾਸਟਰ 'ਤੇ ਹੀ ਸੱਟਾਂ ਕਿਉਂ ਵੱਜੀਆਂ, ਸਾਡਾ ਇਹ ਸਵਾਲ ਸੀਗਾ। ਅਤੇ ਉਹਨਾਂ ਨੇ ਜਦੋਂ ਸੱਟਾਂ ਵੱਜਣ ਤੋਂ ਬਾਅਦ ਇਹਨਾਂ ਨੇ ਦੇਖਭਾਲ ਕੀਤੀ ਹੈ ਕਿ ਨਹੀਂ, ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਸੀ। ਇਹ ਰੋਮਾਣਾ ਹਸਪਤਾਲ ਦੇ ਵਿੱਚ ਰਹੇ ਆ, ਰੋਮਾਣਾ ਹਸਪਤਾਲ ਵਿੱਚ ਇਹ ਜਦੋਂ ਟ੍ਰੀਟਮੈਂਟ ਕੀਤਾ, ਉੱਥੇ ਵੀ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ। ਹਾਂ, ਉੱਥੇ ਕੋਈ ਵੀ ਅਟੈਕ ਬਾਰੇ ਜਾਂ ਕੋਈ ਨਿਊਜ਼ ਪੇਪਰ ਬਾਰੇ, ਇੱਕ ਮਹੀਨਾ ਕੋਈ ਨਿਊਜ਼ ਪੇਪਰ ਬਾਰੇ ਚੈਨਲ ਵਾਲੇ ਕਿਸੇ ਨੇ ਨਹੀਂ ਦਿਖਾਇਆ ਕਿ ਕਿਸ ਕਾਰਨ ਅਟੈਕ ਹੋਇਆ ਉੱਥੇ। ਮੌਕੇ 'ਤੇ ਕੋਈ ਵੀਡੀਓ ਨਹੀਂ ਬਣਾਈ, ਬਸ ਸੱਟਾਂ ਦੀ ਵੀਡੀਓ ਨੇ, ਸਾਡੇ ਪਾਸਟਰ ਦੀ ਸੱਟਾਂ ਦੀ ਵੀਡੀਓ ਨੇ ਬਸ, ਸਿਰਫ ਉੱਥੇ ਕਿਸੇ ਨੇ ਕੋਈ ਗੱਲ ਹੀ ਨਹੀਂ ਦਬਾ ਕੇ ਰੱਖਿਆ ਸੀਗਾ। ਇੱਥੇ ਵੀ ਆਉਂਦੇ ਦਬਾ ਕੇ ਰੱਖਿਆ ਕਿ ਜੇ ਨਹੀਂ ਹੁੰਦਾ ਕਿ ਮੰਨ ਕੇ ਚਲੋ ਟ੍ਰੀਟਮੈਂਟ ਕਰਾਉਣਾ ਜਾਂ ਕੋਈ ਇਲਾਜ ਕਰਾਉਣਾ, ਸਾਨੂੰ ਪਤਾ ਹੁੰਦਾ ਅਤੇ ਅਸੀਂ ਸੰਤਾਂ ਨੇ ਐਂ ਕਹਿ ਰਿਹਾ ਕਿ ਅਸੀਂ ਇਲਾਜ ਕਰਾਈ ਜਾਂਦੇ ਹਾਂ। ਸਾਨੂੰ ਕੋਈ ਕਹਿੰਦਾ 4 ਲੱਖ ਰੁਪਈਆ ਲਾਤਾ, ਕੋਈ ਕਹਿੰਦਾ 7 ਲੱਖ ਰੁਪਈਆ। ਜਦੋਂ ਇੱਥੇ ਆ ਕੇ ਮੈਂ ਖੁਦ ਕੰਡੀਸ਼ਨ ਦੇਖੀ, ਮੈਂ ਇੱਕ ਬਿੱਲ ਪਿੱਛੇ 4 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ CMC ਲੁਧਿਆਣੇ ਦੇ ਵਿੱਚ, ਅਤੇ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਉੱਥੇ, ਅਦਰਵਾਈਜ਼ ਕੋਈ ਪੁੱਛ ਨਹੀਂ। 2500-2600 ਉਹਨੇ ਅੰਡਰ ਪਾਸਟਰ ਨੇ ਫਿਰ ਵੀ ਉਹ ਦੇਖਭਾਲ ਨਹੀਂ ਕੀਤੀ ਇਹਨਾਂ ਦੀ। ਅਤੇ ਵੀਰੇ, ਇਹਨਾਂ ਨੂੰ 1 ਮਹੀਨੇ ਪਹਿਲਾਂ ਇਹਨਾਂ 'ਤੇ ਅਟੈਕ ਹੋਇਆ ਸੀਗਾ, ਹਾਂਜੀ, ਅਤੇ ਲੁਧਿਆਣੇ ਹੋਸਪਿਟਲ ਇਹਨਾਂ ਨੂੰ ਕਦੋਂ ਲੈ ਕੇ ਆਇਆ ਗਿਆ? ਦੋ ਤਿੰਨ ਦਿਨ ਹੀ ਹੋ ਗਏ। ਅੱਛਾ ਜੀ, ਕੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ, ਕਿੱਥੇ ਕਿੱਥੇ ਸੱਟਾਂ ਲੱਗੀਆਂ? ਇਹਨਾਂ ਸਿਰ 'ਤੇ ਸੱਟ ਵੱਜੀ ਹੈ, ਗੁੱਜੀ ਸੱਟ ਮਾਰੀ ਹੋਈ ਹੈ। ਅੱਛਾ ਜੀ, ਅਤੇ ਕੀ ਹਥਿਆਰਾਂ ਨਾਲ, ਕਿਹੜੇ ਹਥਿਆਰਾਂ ਨਾਲ? ਹਥਿਆਰ ਹੁਣ ਅਸੀਂ ਕੋਲੇ ਸੀਗੇ, ਹਥਿਆਰ ਤਾਂ ਕਈ ਤਰ੍ਹਾਂ ਦੇ, ਤਲਵਾਰਾਂ ਹੋ ਸਕਦੀਆਂ, ਅੱਛਾ ਜੀ, ਰਾੜ ਮਾਰ ਸਕਦੇ ਆ, ਕਿਸ ਤਰ੍ਹਾਂ ਦੇ ਹੋਣੇ ਆ, ਕਿਹੜਾ ਤਰ੍ਹਾਂ ਦੇ ਪ੍ਰਕਾਰ ਦੇ ਬੰਦੇ ਹੋਣੇ ਆ, ਕਿਸੇ ਨੇ ਕਿਹੜੇ ਨਸ਼ੀਲੀ ਪਦਾਰਥ ਕਰਕੇ ਜਾਨਵਰ ਵਾਂਗੂ ਮਾਰਿਆ, ਜਮਾਂ ਅੱਧੋ ਪਾਰ ਕਰਤੀ। ਉਹਨਾਂ ਨੂੰ ਕਿਸੇ ਨੂੰ ਜਾਣਦੇ ਜਿਨ੍ਹਾਂ ਨੇ ਅਟੈਕ ਕੀਤਾ ਸੀ? ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦੇ, ਅਸੀਂ ਉਹ ਪਾਸਟਰ ਹੀ ਜਾਣਦੇ ਆ, ਅਦਰਵਾਈਜ਼ ਇਹ ਜਾਣਦੇ ਆ ਸਾਡੇ ਤੋਂ ਘੱਟੋ ਘੱਟ 200 ਕਿਲੋਮੀਟਰ ਤਾਂ ਪਿੰਡ ਤੋਂ ਅਸੀਂ ਰਹਿਣ ਵਾਲੇ, ਸਾਨੂੰ ਕੀ ਪਤਾ ਜੀ, ਤਾਂ ਅਸੀਂ ਤਾਂ ਉਹਨਾਂ ਦੇ ਖੁਦ ਸੇਵਕ ਹਾਂ, ਅਸੀਂ ਆਪਦੇ ਦਾਸ ਦੇ, ਸਾਡੇ ਉਹ ਦਾਸ ਸੀਗੇ, ਅਸੀਂ ਉਹਨਾਂ ਦੇ ਚੇਲੇ ਹਾਂ, ਜਿਹਦੇ ਕਰਕੇ ਆਹ ਘਟਨਾ ਹੁਣ ਤੋਂ ਸਾਨੂੰ ਬਹੁਤ ਦੁੱਖ ਹੈ। ਕੋਈ ਬੰਦੇ ਅਰੈਸਟ? ਮੇਰਾ ਨਾਂ ਏਸੀ ਦੇ ਚੰਦਾ ਜੀ। ਸਰ, ਕੀ ਮਾਮਲਾ ਜਿਹੜਾ ਇਹ ਪਾਸਟਰ ਜੀ ਦੇ, ਜਿਹੜਾ ਜਲੰਧਰ ਦੇ ਵਿੱਚ ਹਮਲਾ ਹੋਇਆ ਸੀ? ਇਹ ਵੀਰਾ ਜੀ, ਪਹਿਲਾ ਮਾਮਲਾ ਜਿਹੜਾ ਇਹਨਾਂ ਦਾ, ਕੋਈ ਰੰਜਿਸ਼ ਕਾਰਨ ਇਹਨਾਂ 'ਤੇ ਹਮਲਾ ਹੋਇਆ ਸੀਗਾ ਪਿਛਲੇ ਮਹੀਨੇ 24 ਤਰੀਕ ਨੂੰ, ਉਹ ਪਰਚਾ ਦਰਜ ਸੀਗਾ 307 'ਚ, ਜਿਹੜੇ ਦੋਸ਼ੀ ਗ੍ਰਿਫਤਾਰ ਆ। ਇਹ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਿਫਤਾਰ? ਇਹਨਾਂ ਦੇ 4 ਦੋਸ਼ੀ ਗ੍ਰਿਫਤਾਰ ਆ, 4 ਦੋਸ਼ੀ। ਲੇਕਿਨ ਪਰਿਵਾਰਕ ਮੈਂਬਰਾਂ ਵਾਲੇ ਦੋਸ਼ ਲਗਾਏ ਜਾ ਰਹੇ, ਵੀ ਸਾਨੂੰ ਕਿਸੇ ਵੀ ਦੋਸ਼ੀ ਬਾਰੇ ਨਹੀਂ ਦੱਸਿਆ ਵੀ ਕੋਈ ਅਰੈਸਟ ਕੀਤਾ, ਅਤੇ ਨਾ ਹੀ ਕੋਈ ਨਹੀਂ, ਸਾਡੇ ਰਿਕਾਰਡ 'ਤੇ ਜਾ ਕੇ ਦੇਖ ਲੈਣ, ਅਸੀਂ ਤਾਂ ਸਾਰਿਆਂ ਨੂੰ ਦੱਸ ਰਹੇ ਵੀ ਜਿਹੜੇ ਗ੍ਰਿਫਤਾਰ। ਅਤੇ ਸਰ, ਅੱਜ ਜਿਹੜੀ ਡੈਥ ਹੋ ਗਈ ਉਹਨਾਂ ਦੇ, ਇਹ CMC ਦਾਖਲ ਸੀਗੇ ਇੱਥੇ ਇਲਾਜ ਦੌਰਾਨ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ, ਅੱਜ ਇਹਨਾਂ ਦਾ ਪੋਸਟਮਾਰਟਮ ਜਿਹੜਾ ਕਰਾ ਕੇ ਤਾਂ ਲਾਸ਼ ਜਿਹੜੀ ਹਵਾਲੇ ਪਾਰਸਾਂ ਕਰ ਦਿੱਤੀ ਹੈ। ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤਫਤੀਸ਼ ਜਿਹੜੀ ਅਮਲ 'ਚ ਲਿਆਵਾਂਗੇ। ਅਤੇ ਸਰ, ਕੀ ਕਾਰਵਾਈ ਕੀਤੀ ਜਿਹੜੇ? 302 ਦਾ ਵਾਧਾ ਕਰਤਾ ਜੀ, 302 'ਚ ਹੁਣ ਆ ਗਏ। ਹਾਂਜੀ, ਠੀਕ ਹੈ।